ਅਜਿਆ ਜੀ ਕਿੱਦਾਂ ਸੁਣਿਓ ਕੀ ਹਾਲ ਚਾਲ ਕੇ ਜੀ ਬਕਰੇ ਕਾ ਗੋਸ਼ਤ ਪਿਸ਼ਾਵਰ ਮੇ ਦੁੰਬੇ ਕਾ ਗੋਸ਼ਤ ਇਸਤੇਮਾਲ ਹੋਤਾ ਹੈ ਲੇਕਿਨ ਹਮ ਬਕਰੇ ਕਾ ਗੋਸ਼ਤ ਇਸਤੇਮਾਲ ਕਰਤੇ ਹੈ ਲੇਂਗੇ ਜੀ ਇੱਕ ਵਾਕ ਯੇ ਹੈ ਕੜਾਹੀ ਉਸਕੇ ਅੰਦਰ ਹਮ ਡਾਲੇਂਗੇ ਬਟਰ ਡਾਲੇਂਗੇ ਉਸਕੇ ਅੰਦਰ ਗੋਸ਼ਤ ਘੀ ਕਾ ਇਸਤੇਮਾਲ ਕਰਤੇ ਹੈ ਲੇਕਿਨ ਹਮ ਬਟਰ ਇਸਤੇਮਾਲ ਕਰੇਂਗੇ ਅਬ ਕਰੇਂਗੇ ਟਮਾਟਰ ਕੇ ਛੋਟੇ ਛੋਟੇ ਟੁਕੜੇ ਨਹੀਂ 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 ਛੋਟੇ ਛੋਟੇ ਟੁਕੜੇ ਨਹੀਂ ਕਰਨੇ ਇਸਕੋ ਐਜ਼ ਇਟ ਇਜ਼ ਆਪ ਕੜਾਹੀ ਕੇ ਅੰਦਰ ਡਾਲ ਦੀਜੀਏ ਯੇ ਲੇਕੇ ਜੀ ਡਲ ਗਏ ਹੈ ਅਬ ਇਸਕੇ ਬਾਅਦ ਹਮ ਕਿਆ ਕਰੇਂਗੇ ਇਸਮੇ ਡਾਲੇਂਗੇ ਨਮਕ ਡਾਲਨਾ ਹੈ ਇਸਕੇ ਅੰਦਰ ਨਮਕ ਅਬ ਡਾਲੇਂਗੇ ਥੋੜਾ ਸਾ ਔਰ ਬਟਰ ਉੱਪਰ ਸੇ ਅਬ ਹਮ ਡਾਲੇਂਗੇ ਗਾਰਲਿਕ ਜਿੰਜਰ ਪੇਸਟ ਅਬ ਇਸਕੇ ਬਾਅਦ ਹਮ ਡਾਲੇਂਗੇ ਹਰੀ ਮਿਰਚੇ ਹਲਾਪੇਨੋ ਕਾ ਇਸਤੇਮਾਲ ਨਹੀਂ ਕੀਜੀਏ ਗ੍ਰੀਨ ਛੋਟੀ ਵਾਲੀ ਚਿਲੀਜ਼ ਇਸਤੇਮਾਲ ਕਰੇਂ ਅਬ ਡਾਲੇਂਗੇ ਇਸਕੇ ਅੰਦਰ ਧਨੀਆ ਔਰ ਜਿੰਜਰ ਫਰੈਸ਼ ਦੋਨੋ ਯੂਜ਼ ਕਰਨੇ ਹੈ ਅਬ ਇਸਕੋ ਢੱਕ ਕੇ ਥੋੜ੍ਹੀ ਦੇਰ ਕੇ ਲਈ ਹਮ ਰੱਖ ਦੇਂਗੇ 15-20 ਮਿੰਟ ਤੱਕ ਢੱਕਣੇ ਕੇ ਬਾਅਦ ਹਮ ਇਸਕੇ ਅੰਦਰ ਡਾਲੇਂਗੇ ਬਲੈਕ ਪੈਪਰ ਯੇ ਦੇਖੇ ਜੀ ਆਪਕੀ ਕਾਲੇ ਮਿਰਚ ਡਲ ਗਈ ਹੈ ਅਬ ਇਸਕੋ ਮਿਕਸ ਕਰ ਦੇ ਅੱਛੀ ਤਰ੍ਹਾਂ ਥੋੜ੍ਹੀ ਦੇਰ ਬਾਅਦ ਟਮਾਟਰ ਜੋ ਹੈ ਇਸਕੀ ਸਕਿਨ ਉਤਰ ਜਾਏਗੀ ਤੋ ਹਮ ਇਸਕੋ ਅਲੱਗ ਕਰ ਦੇਂਗੇ ਯੇ ਦੇਖੇ ਜੀ ਥੋੜ੍ਹੀ ਦੇਰ ਕੇ ਬਾਅਦ ਯੇ ਟਮਾਟਰੋਂ ਕਾ ਹਾਲ ਦੇਖੇ ਯੇ ਕੈਸੇ ਵੋ ਹੋ ਰਹੇ ਇਨਕੀ ਸਕਿਨ ਆਪ ਉਤਾਰ ਲੀਜੀਏ ਯੇ ਦੇਖੇ ਜੀ ਇਸਕਾ ਆਪਣਾ ਹੀ ਪਾਣੀ ਇਸਕੇ ਅੰਦਰ ਬਣ ਰਿਹਾ ਹੈ ਇਸਕੇ ਅੰਦਰ ਹੀ ਯੇ ਕੁਕੋਂਗੇ ਐਕਸਟਰਾ ਪਾਣੀ ਦਹੀ ਆਪਣੇ ਅਨੀਅਨ ਇਨ ਚੀਜ਼ੋਂ ਕਾ ਇਸਤੇਮਾਲ ਨਹੀਂ ਕਰਨਾ ਯੇ ਦੇਖੇ ਜੀ ਆਪਕੀ ਕੜਾਹੀ ਰੇਡੀ ਹੋ ਗਈ ਹੈ ਓਏ ਹੋਏ 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 ਜ਼ਾਲਿਮ।